ਇੱਧਰਲੇ ਪਾਸੇ ਜਥੇਬੰਦੀਆਂ, ਇੱਧਰਲੇ ਪਾਸੇ ਪਰਿਵਾਰ। ਜਿਹੜੀ ਸਾਡੀ ਸੀਗੀ ਕਿ ਦੋਸ਼ੀ ਫੜਨ ਵਾਲੀ ਗੱਲ ਪੁਲਿਸ ਉਹਦੇ ਬਹੁਤ ਨੇੜੇ ਆ, ਇਹ ਇਨਵੈਸਟੀਗੇਸ਼ਨ ਦੇ ਪਾਰਟ ਆ। ਜਦੋਂ ਸਾਨੂੰ ਕੁਛ ਦਿਸਿਆ ਉਦੋਂ ਹੀ ਅਸੀਂ ਇਹ ਜਿਹੜੀ ਗੱਲ ਨੂੰ ਕੀਤਾ ਆ। ਅਤੇ ਅਸੀਂ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਹੀ ਤੁਹਾਡੇ ਮੀਡੀਆ 'ਤੇ ਵੀ ਕਿਹਾ ਸੀਗਾ ਕਿ ਅਸੀਂ ਉਸ ਨੌਜਵਾਨ ਦੀ ਲਾਸ਼ ਨੂੰ ਰੋਲਣਾ ਨਹੀਂ ਚਾਹੁੰਦੇ ਅਤੇ ਨਾ ਉੱਤੇ ਸਿਆਸਤ ਕਰਨੀ ਚਾਹੁੰਦੇ ਹਾਂ। ਸੋ ਇਸ ਕਰਕੇ ਜਦੋਂ ਸਾਨੂੰ ਕੁਝ ਨਾ ਕੁਝ ਲੱਗਿਆ, ਪੁਲਿਸ ਨੇ ਸਾਨੂੰ ਕਾਫੀ ਕੁਛ ਜਾਣਕਾਰੀ ਦਵਾ ਦਿੱਤੀ ਆ, ਕਿਉਂਕਿ ਕੁਝ ਗੱਲਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਜਿਹੜੀਆਂ ਮੀਡੀਆ ਦੇ ਉੱਤੇ ਆਪਾਂ ਪਬਲਿਸ਼ ਕਰਦੇ ਹਾਂ ਅਤੇ ਦੋਸ਼ੀ ਹੋ ਸਕਦਾ ਉਹਦੇ ਫਾਇਦੇ ਲੈ ਲੈਣ। ਸੋ ਇਸ ਕਰਕੇ ਅਸੀਂ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰਾਂਗੇ। ਬਾਬਾ ਜੀ, ਇੱਕ ਜੇ ਗੱਲ ਕਰੀਏ ਤਾਂ ਕਾਫੀ ਸਰਗਰਮ ਆਗੂ ਸੀਗਾ, ਕਿਉਂਕਿ ਜੇ ਬੇਅਦਬੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਲੜਾਈ ਵਿੱਚ ਇਹਦਾ ਕਾਫੀ ਜਿਹੜਾ ਹਿੱਸਾ ਸੀਗਾ, ਯੋਗਦਾਨ ਸੀਗਾ। ਔਰ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਸਮੇਂ ਸਮੇਂ 'ਤੇ ਜਿਹੜਾ ਆਵਾਜ਼ ਉਠਾਉਂਦਾ ਰਿਹਾ ਬੇਇਨਸਾਫੀ ਦੇ ਖਿਲਾਫ, ਜੀ ਜੀ ਜੀ, ਕਿੱਦਾਂ ਦੇਖਦੇ ਹੋ ਉਸਦੀ ਹੱਤਿਆ ਹੋਈ ਹੈ ਤਾਂ ਹੁਣ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਮੈਂ ਪਹਿਲੇ ਦਿਨ ਵੀ ਇਹ ਕਹਿੰਦਾ ਸੀਗਾ ਕਿ ਜਿਹੜੇ ਲੋਕਾਂ ਨੇ ਕੀਤਾ, ਸਾਨੂੰ ਪਹਿਲੀ ਨਜ਼ਰੇ 'ਤੇ ਇਹ ਪ੍ਰਤੀਤ ਹੁੰਦਾ ਕਿ ਜਿਹੜੇ ਲੋਕ ਵਿਰੋਧ ਕਰਦੇ ਸੀਗੇ ਉਹ ਲੋਕਾਂ ਦਾ ਸਾਨੂੰ ਸ਼ੱਕ ਸੀ ਹੈ, ਪਰ ਹਜੇ ਵੀ ਮੈਂ ਤੁਹਾਨੂੰ ਕਹਿੰਦਾ ਕਿ ਇਹ ਗੱਲ ਸਾਡੇ ਨਾਲੋਂ ਬਿਹਤਰ ਪੁਲਿਸ ਪ੍ਰਸ਼ਾਸਨ ਪ੍ਰੈਸ ਕਾਨਫਰੰਸ ਰਾਹੀਂ ਦੱਸ ਸਕਦਾ। ਉਹ ਕਿੱਦਣ ਕਰਦੇ, ਅੱਜ ਕੱਲ੍ਹ ਦੇ, ਕੱਲ੍ਹ ਕਰਦੇ ਆ, ਇਹ ਉਹਨਾਂ 'ਤੇ ਹੈਗਾ। ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ, ਕਦੇ ਵੀ ਜੇ ਕੋਈ ਵਿਚਾਰਾਂ ਦਾ ਤਕਰਾਰ ਆ ਆਪਸ ਵਿੱਚ ਤਾਂ ਉਹ ਕਤਲ ਤੱਕ ਨਹੀਂ ਜਾਣਾ ਚਾਹੀਦਾ ਸੀ। ਪੁਲਿਸ ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ ਉਹ ਜਾਂਚ ਆ ਜਿਹੜੀ ਉਹ ਲਗਭਗ ਮੁਕੰਮਲ ਕਰੀ ਬੈਠੇ ਆ, ਅਤੇ ਪੋਸਟਮਾਰਟਮ ਕਰਾਉਣਾ ਪੈਣਾ, ਕਿਉਂਕਿ ਜੇ ਪੋਸਟਮਾਰਟਮ ਲੇਟ ਹੁੰਦਾ ਤਾਂ ਮੈਡੀਕਲ ਰਿਪੋਰਟ ਆ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ ਅਤੇ ਫਿਰ ਕੇਸ ਵੀ ਹੁੰਦਾ। ਸੋ ਉਸ ਦੇ ਚੱਲਦੇ ਹੋਏ ਵੀ ਪੋਸਟਮਾਰਟਮ ਕਰਵਾ ਕੇ ਅੱਜ ਸੰਸਕਾਰ ਕੀਤਾ ਜਾਵੇਗਾ ਭਾਈ। ਜਿਸ ਤਰ੍ਹਾਂ ਕਿ ਇੱਕ ਹਫ਼ਤੇ ਦੇ ਕਰੀਬ ਜਿਹੜਾ ਹੋ ਗਿਆ ਗੁਰਪ੍ਰੀਤ ਦੀ ਹੱਤਿਆ ਹੋਏ ਨੂੰ, ਹਾਂਜੀ, ਲੱਗਦਾ ਕਿ ਪੁਲਿਸ ਹੁਣ ਜਿਹੜੇ ਕਾਤਲਾਂ ਤੱਕ ਪਹੁੰਚ ਰਹੀ ਹੈ ਜਾਂ ਉਹਨਾਂ ਨੂੰ ਫੜਨ ਵਿੱਚ ਕੁਛ ਜਿਹੜਾ ਨੇੜੇ ਪਹੁੰਚੀ ਹੋਈ ਹੈ? ਹਾਂਜੀ, ਉਹ ਕਹਿ ਰਹੇ ਆ ਵੀ ਬਿਲਕੁਲ ਨੇੜੇ ਆ ਜੀ। ਹਾਂਜੀ, ਜਿਹੜਾ ਮੋਟਰਸਾਈਕਲ ਸੀ ਕਹਿੰਦੇ ਮਿਲ ਗਿਆ? ਹਾਂਜੀ, ਉਹ ਮਿਲ ਗਿਆ ਉਹਨਾਂ ਨੂੰ। ਉਹ ਮੋਟਰਸਾਈਕਲ ਕਿੱਥੋਂ ਮਿਲਿਆ ਜਾਂਦਾ? ਉਹ ਸਾਡੇ ਕੋਲ ਤਾਂ ਡਿਸਕਲੋਜ਼ ਕੀਤਾ ਨਹੀਂ ਉਹਨਾਂ ਨੇ, ਪਰ ਉਹ ਮਿਲ ਗਿਆ ਇਨਵੈਸਟੀਗੇਸ਼ਨ ਕਰਕੇ। ਇਨਵੈਸਟੀਗੇਸ਼ਨ ਦਾ ਉਹਨਾਂ ਦਾ ਪਾਰਟ ਆ, ਪਰ ਜੇ ਹੁਣ ਕੁਛ ਵੀ ਡਿਸਕਲੋਜ਼ ਕਰਦੇ ਹਾਂ ਤਾਂ ਉਸ ਬੜੀ ਸੈਂਸਿਟਿਵ ਇਨਫੋਰਮੇਸ਼ਨ ਉਹਨਾਂ ਦੀ। ਹੁਣ ਪਰਿਵਾਰ ਨੇ ਸਹਿਮਤੀ ਦਿੱਤੀ ਅਤੇ ਉਸ ਦੇ ਸੰਸਕਾਰ ਨੂੰ, ਕਿਉਂਕਿ ਜਥੇਬੰਦੀਆਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਜਦ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਤਦ ਤੱਕ ਉਹਨਾਂ ਦਾ ਪਰਿਵਾਰ ਵੱਲੋਂ ਜੀ ਜਾਂਚ ਨੂੰ ਸਹਿਮਤੀ ਦਿੱਤੀ ਗਈ ਹੈ ਪਹਿਲੇ ਦਿਨ ਤੋਂ। ਜੇ ਸੰਸਕਾਰ ਹੀ ਉਹਨਾਂ ਦੀ ਜਾਂਚ ਦੇ ਵਿੱਚ ਅੜਿੱਕਾ ਮਾਰਿਆ ਤਾਂ ਫਿਰ ਸੰਸਕਾਰ ਵੱਲੋਂ ਇਸ ਗੱਲ 'ਤੇ ਸਹਿਮਤੀ ਹੈ ਕਿ ਜੇ ਪੋਸਟਮਾਰਟਮ ਦੇ ਲੇਟ ਹੋਣ ਦੇ ਨਾਲ ਮੈਡੀਕਲ ਰਿਪੋਰਟ ਪ੍ਰਭਾਵਿਤ ਹੁੰਦੀ ਤਾਂ ਅਸੀਂ ਨਹੀਂ ਉਹ ਗੱਲ ਚਾਹੁੰਦੇ। ਸੋ ਤਾਂ ਕਰਕੇ ਉਹਨਾਂ ਨੇ ਕਿਹਾ ਕਿ ਉਹ ਬਿਲਕੁਲ ਨੇੜੇ ਆ। ਸੋ ਇਸ ਕਰਕੇ ਅੱਜ ਪੋਸਟਮਾਰਟਮ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਉਹਨਾਂ ਕੀਤਾ ਜਾਣਾ। ਬਿਲਕੁਲ, ਅਸੀਂ ਖੜੇ ਹਾਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੋਰਚੇ, ਜਿੱਥੇ ਕਿ ਗੁਰਪ੍ਰੀਤ ਸਿੰਘ ਹਰੀਨੌ, ਜਿਹੜਾ ਕਿ ਕਰੀਬ ਇੱਕ ਹਫ਼ਤੇ ਤੋਂ ਹਫ਼ਤਾ ਹੋ ਗਿਆ ਅਤੇ ਉਸਦਾ ਜਿਹੜਾ ਮਰਡਰ ਜਿਹੜਾ ਕਰ ਦਿੱਤਾ ਗਿਆ ਸੀ ਹਥਿਆਰਾਂ ਨੂੰ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ, ਅੱਜ ਜਿਹੜਾ ਪੋਸਟਮਾਰਟਮ ਦਾ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੀ ਮੋਰਚੇ ਵਿੱਚ ਹੋ ਰਿਹਾ। ਤਾਂ ਪਰਿਵਾਰ ਨੇ ਸਹਿਮਤੀ, ਕਿਉਂਕਿ ਪਰਿਵਾਰ ਨੂੰ ਪਹਿਲਾਂ ਕਿਹਾ ਗਿਆ ਸੀ ਕਿ ਜਿਹਨਾਂ ਜ਼ਿਕਰ ਰੋਪੀ ਹੈ ਜਿਹੜੇ ਉਹ ਨਹੀਂ ਫੜੇ ਜਾਂਦੇ ਤਾਂ ਉਦੋਂ ਤੱਕ ਸੰਸਕਾਰ ਨਹੀਂ ਹੋਵੇਗਾ, ਲੇਕਿਨ ਪੁਲਿਸ ਨੂੰ ਕੁਛ ਨਾ ਕੁਛ ਜਿਹੜਾ ਇਸ ਤਰ੍ਹਾਂ ਦੇ ਕੋਈ ਸਬੂਤ ਮਿਲੇ ਨੇ ਜਾਂ ਰੋਪੀਆਂ ਦੀ ਕੁਛ ਪਛਾਣ ਹੋਈ ਆ, ਤਾਂ ਪਰਿਵਾਰ ਨੇ ਸਹਿਮਤੀ ਜਤਾਈ ਹੈ ਕਿ ਆਖਿਰਕਾਰ ਜੇ ਰੋਪੀ ਜਲਦ ਫੜੇ ਜਾਂਦੇ ਆ ਤਾਂ ਇਹਦਾ ਸੰਸਕਾਰ ਅਸੀਂ ਕਰ ਦੇਵਾਂਗੇ। ਜੇ ਸਾਡਾ ਸੰਸਕਾਰ ਅੜਿੱਕਾ ਬਣਦਾ ਤਾਂ ਦੋਸ਼ੀਆਂ ਤੱਕ ਨਹੀਂ ਪਹੁੰਚਿਆ ਜਾ ਸਕਦਾ ਤਾਂ, ਲੇਕਿਨ ਦੋਸ਼ੀਆਂ ਨੂੰ ਫੜਨਾ ਵੀ ਬਹੁਤ ਜ਼ਰੂਰੀ ਆ। ਤਾਂ ਪੁਲਿਸ ਨੇ ਕਈ ਅਹਿਮ ਖੁਲਾਸੇ ਜਿਹੜੇ ਪੰਜਾਬ ਪੁਲਿਸ ਕਰੇਗੀ, ਕਿਉਂਕਿ ਦੱਸ ਗਈ ਕਾਫੀ ਟੀਮਾਂ ਪੁਲਿਸ ਦੀਆਂ ਬਣੀਆਂ ਹੋਈਆਂ ਅਤੇ ਕਾਫੀ ਲੋਕਾਂ ਨੂੰ ਰਾਊਂਡਅਪ ਵੀ ਕੀਤਾ ਹੋਇਆ, ਤਾਂ ਪਰਿਵਾਰ ਨੂੰ ਲਗਾਤਾਰ ਇਹ ਕਿਹਾ ਗਿਆ ਸੀ ਕਿ ਰੋਪੀਆਂ ਨੂੰ ਫੜਿਆ ਜਾਵੇ, ਉਸ ਤੋਂ ਬਾਅਦ ਸੰਸਕਾਰ ਕੀਤਾ ਜਾਵੇਗਾ। ਲੇਕਿਨ ਫਰੀਦਕੋਟ ਪੁਲਿਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ, ਤਾਂ ਕੁਛ ਜਿਹੜੇ ਇਨਪੁੱਟ ਨੇ ਉਹ ਮਿਲੇ ਨੇ, ਤਾਂ ਕੁਛ ਵਿਅਕਤੀਆਂ ਨੂੰ ਡਿਟੇਨ ਜਿਹੜਾ ਕਰਕੇ ਪੁੱਛਗਿੱਛ ਕੀਤੀ ਗਈ ਹੈ, ਉਹਦੇ ਬਾਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਕਿਉਂਕਿ ਗੁਰਪ੍ਰੀਤ ਹਰੀਨੌ ਦੀ ਗੱਲ ਕਰੀਏ ਤਾਂ ਇੱਕ ਸਿਰ ਕੱਢਵਾਂ ਆਗੂ ਸੀ, ਕਿਉਂਕਿ ਇਹ ਵਾਰਸ ਪੰਜਾਬ ਜਥੇਬੰਦੀ ਦੀਪ ਸਿੱਧੂ ਜਿਹੜੀ ਜਥੇਬੰਦੀ ਹੈ ਉਹਨੂੰ ਪੂਰੀ ਤਰ੍ਹਾਂ ਜਿਹੜੀ ਚਲਾਉਂਦਾ ਸੀ, ਅਤੇ ਨਾਲ ਹੀ ਜਿਹੜੀ ਗੱਲ ਕਰੀ ਬੇਅਦਬੀ ਦੇ ਮਾਮਲਿਆਂ ਵਿੱਚ ਧਰਨੇ 'ਤੇ ਕਾਫੀ ਜ਼ਿਆਦਾ ਅਹਿਮ ਰੋਲ ਜਿਹੜਾ ਕੀ ਹੈ ਗੁਰਪ੍ਰੀਤ ਸਿੰਘ ਹਰੀਨੌ ਦਾ ਰਿਹਾ ਸੀ। ਅਤੇ ਗੁਰਪ੍ਰੀਤ ਸਿੰਘ ਬਹੁਤ ਵਧੀਆ ਵਿਅਕਤੀ ਜਿਹੜਾ ਉੱਥੋਂ ਦਾ ਪਿੰਡ ਦਾ ਦੱਸ ਦੇ ਕਿ ਸਹਿਚਾਰ ਵਾਲਾ ਸੀ। ਤਾਂ ਇਸ ਵੇਲੇ ਵੀ ਗੱਲ ਕਰੀਏ ਤਾਂ ਫਰੀ ਜਿਹੜੇ ਉੱਥੋਂ ਦੇ ਪਿੰਡ ਦੇ ਲੋਕ ਨੇ, ਜਥੇਬੰਦੀਆਂ ਨੇ ਪੂਰੀਆਂ ਨਾਲ ਨੇ, ਤਾਂ ਵੱਡਾ ਖੁਲਾਸੇ ਜਿਹੜੇ ਉਹ ਪੁਲਿਸ ਕਰੇਗੀ, ਕਿਉਂਕਿ ਪੁਲਿਸ ਨੇ ਕੁਝ ਜਿਹੜੇ ਇਨਪੁੱਟ ਮਿਲੇ ਨੇ ਉਹਨਾਂ 'ਤੇ ਜਿਹੜਾ ਕੰਮ ਚੱਲ ਰਿਹਾ। ਤਾਂ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਜਿਸ ਬਾਈਕ 'ਤੇ ਸਵਾਰ ਹੋ ਕੇ ਸ਼ੂਟਰ ਆਉਂਦੇ ਨੇ ਤਾਂ ਉਹ ਮੋਟਰਸਾਈਕਲ ਹੈ ਉਹ ਮਿਲ ਜਾਂਦਾ ਪੁਲਿਸ ਨੂੰ, ਕਿਉਂਕਿ ਪੁਲਿਸ ਦਾ ਖੁਲਾਸਾ ਕਰੇਗੀ ਆਖਿਰਕਾਰ ਕਿੱਥੋਂ ਮੋਟਰਸਾਈਕਲ ਮਿਲਿਆ ਅਤੇ ਕੌਣ ਲੋਕ ਸੀ ਅਤੇ ਕਿੱਥੇ ਖੜਾ ਕਰਕੇ ਗਏ। ਜਿਹੜੇ ਸਾਡੇ ਇਹ ਜਾਣਕਾਰੀ ਮੁਤਾਬਕ ਜਿਹੜਾ ਮੋਟਰਸਾਈਕਲ ਉੱਥੇ ਜੈਤੋ ਦੇ ਕਿਤੇ ਪਾਰਕਿੰਗ ਵਿੱਚ ਜਿਹੜਾ ਖੜਾ ਕੀਤਾ ਗਿਆ ਸੀ, ਉਸ ਤੋਂ ਬਾਅਦ ਜਿਹੜਾ ਪੁਲਿਸ ਨੂੰ ਕਾਫੀ ਜਗ੍ਹਾ ਲੱਭਿਆ ਲੇਕਿਨ ਮੋਟਰਸਾਈਕਲ ਨਹੀਂ ਮਿਲਿਆ। ਤਾਂ ਹੁਣ ਜਿਹੜੇ ਆ
मोटरसाइकिल आ पुलिस की कस्टडी चा पुलिस कोल आ उस तो गांह कड़ी ना कड़ी जोड़ के दुआ देखा जा रहा कि आखिरकार शूटर किधर दी है जिस तरह की सीसीटीवी कैमरे बैकवर्ड लिंक देखे गए ने तो फॉरवर्ड देखे ने कितों कितों जा रहे हैं तो हम दस दिए कि कला एक हफ्ते तो बाद जरा कि मोटरसाइकिल तो पुलिस को मिल गया लेकिन अगे किहड़े रोपी ने किहड़े दोषी ने जिन्हां ने इस दी हत्या की कारण ने इहदे खुलासे आने वाले दिनों में फरीदकोट पुलिस करेगी। फरीदकोट तो देवनंद शर्मा न्यूज़ 18 पंजाब।